ਹਾਂਜੀ ਦੋਸਤੋ, ਪ੍ਰਿੰਕਲ ਦੇ ਇੱਕ ਯਾਰ ਹਨੀ ਸੇਠੀ ਜੋ ਕਿ ਅਕਸਰ ਵੀਡੀਓ ਦੇ ਵਿੱਚ ਦਿਖਦਾ ਹੈ, ਸੋ ਦੋਸਤੋ ਉਹਨਾਂ ਦੇ ਯਾਰ ਦੇ ਉੱਤੇ ਇੱਕ ਹੋਰ 'ਤੇ ਕਾਰਵਾਈ ਹੋਈ ਹੈ, ਤੁਸੀਂ ਚੈੱਕ ਕਰ ਸਕਦੇ ਹੋ, ਅਤੇ ਉਹਨਾਂ ਦੀ ਇੱਕ ਹੋਰ ਵੀਡੀਓ ਸਾਹਮਣੇ ਨਿਕਲ ਗਈ ਹੈ ਹਨੀ ਸੇਠੀ ਦੀ, ਤੁਸੀਂ ਚੈੱਕ ਕਰ ਸਕਦੇ ਹੋ, ਬਾਕੀ ਆਪਣਾ ਵਿਚਾਰ ਕਮੈਂਟ ਕਰਕੇ ਦੱਸ ਸਕਦੇ ਹੋ। ਹਨੀ ਸੇਠੀ ਅਤੇ ਪ੍ਰਿੰਕਲ ਲੁਧਿਆਣਾ ਅਤੇ ਜਿਗਰੀ ਯਾਰ ਅਤੇ CI ਸਟਾਫ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ। ਜੀ ਹਾਂ, ਨਜਾਇਜ਼ ਹਥਿਆਰਾਂ ਸਮੇਤ ਘਰ ਤੋਂ ਗ੍ਰਿਫਤਾਰ ਕਰ ਲਿਆ ਹਨੀ ਸੇਠੀ ਅਤੇ ਪ੍ਰਿੰਕਲ ਲੁਧਿਆਣਾ। ਹੁਣੇ ਹੁਣੇ ਚਰਚਾ ਦੇ 10 ਤਰੀਕ ਅਸੀਂ 5-6 ਸਾਲ ਤੋਂ ਇਕੱਠੇ ਹੀ ਹਾਂ, ਤੇ ਸਾਰੇ ਕੇਸ ਕੂਸ ਚ ਵੀ ਅਸੀਂ ਇਕੱਠੇ ਹੀ ਹਾਂ। ਬਸ ਜਿਹੜੀ ਅੱਜ ਦੀ ਸਾਡੀ ਵੀਡੀਓ ਆ, ਉਹ ਜ਼ਰੂਰ ਸਾਰੇ ਭੈਣ ਭਰਾ ਸ਼ੇਅਰ ਕਰਨ ਤੇ ਦੇਖਣ, ਸ਼ਾਇਦ ਇਹ ਆਖਰੀ ਵੀਡੀਓ ਹੀ ਹੋਵੇ। ਸ਼ਾਇਦ ਕਿ ਸਾਡੇ ਕੰਮ ਦੀਆਂ ਹੋਣਗੀਆਂ, ਪਰ ਅਸੀਂ ਕੰਟਰੋਵਰਸੀ ਵਾਲੀਆਂ ਨਹੀਂ ਕੁਛ ਵੀ ਕਰਨਾ ਚਾਹੁੰਦੇ ਅੱਜ ਤੋਂ ਬਾਅਦ, ਗੱਲ ਖਤਮ ਆ ਬਸ। ਕਿਉਂਕਿ ਜਦੋਂ ਹਵਾ ਪੁੱਠੀ ਚੱਲਦੀ ਹੋਵੇ ਨਾ, ਫਿਰ ਚੁੱਪ ਕਰ ਜਾਣਾ ਹੁਣ ਬਹੁਤ ਬਿਹਤਰ ਆ। ਸਾਡੀਆਂ ਵੀ ਗਲਤੀਆਂ ਕੁਛ, ਇਹਦੀਆਂ ਨੀ ਮੇਰੀਆਂ ਗਲਤੀਆਂ ਨੇ, ਹੈਗੀਆਂ ਨੇ ਕੁਛ, ਉਹ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਾ ਤਾਂ ਹੁਣ ਹੋ ਗਿਆ ਜਿਹੜਾ ਕੁਛ ਹੋਣਾ ਸੀ, ਪਰ ਅੱਗੇ ਤੋਂ ਗੱਲਬਾਤ ਹੀ ਨਹੀਂ ਕਰਨੀ ਉਹ ਚੀਜ਼ ਤੇ। ਕੰਮ ਕਰਾਂਗੇ, ਕੰਮ ਲਈ ਬਣੇ ਆ। ਅਸੀਂ ਸੋਚਦੇ ਸੀ ਅਸੀਂ ਬਹੁਤ ਖਾਸ ਆ, ਲਾਗਾਂ ਦੁਕਾਨਦਾਰ ਨੀ ਹੈਗੇ, ਫੇਮ, ਸਭ ਝੂਠ ਆਏ, ਕੁਛ ਨੀ ਹੈਗਾ। ਬੈਟਰ ਉਹਨੇ 5-4 ਭਰਾਵਾਂ ਨਾਲ ਜਿਹੜੇ ਮੇਰੇ ਨਾਲ ਖੜਦੇ ਨੇ, ਸਵਾਦ ਲੈਣ ਵਾਲੇ ਨਾਲ ਨਹੀਂ, ਜਿਹੜੇ ਮੇਰੇ ਨਾਲ ਖੜਦੇ ਨੇ, ਉਹਨਾਂ ਨਾਲ ਮੈਂ ਸਲਾਹ ਕੀਤੀ ਆ, ਕੁਛ ਇਹਨੂੰ ਮੈਂ ਮੰਨਦਾ ਜ਼ਿੰਦਗੀ 'ਚ ਉਹਨਾਂ ਤੋਂ ਪੁੱਛਿਆ, ਛੱਡਤਾ ਸਾਰਾ, ਇਸ ਤੋਂ ਬਾਅਦ ਕੰਮ ਆ ਕੁਛ ਨੀ ਕਰਨਾ ਸੀ, ਕੁਛ ਵੀ ਨੀ ਕਰਨਾ। 1-2 ਪੁਆਇੰਟ ਨੇ ਮੈਂ ਕਲੀਅਰ ਕਰਨੇ ਚਾਹੁੰਦਾ, ਬਾਕੀ ਅਗਲੇ ਦੀ ਮਰਜ਼ੀ ਜਿੱਦਾਂ ਅਗਲਾ ਕਹੇ। ਪਹਿਲੀ ਗੱਲ ਤਾਂ ਸੀਗੀ ਟਾਈਗਰ ਹਲਵਾਰੇ ਦੇ ਗਾਣੇ ਵਾਲੀ, ਤੁਸੀਂ ਸਾਰੇ ਕਮੈਂਟਾਂ 'ਚ ਕਹਿੰਦੇ ਆ ਪਾਪਾ ਨੇਪਾਲੀ ਲੱਗਦਾ, ਇੱਦਾਂ ਲੱਗਦਾ, ਉੱਦਾਂ ਲੱਗਦਾ। ਸੋ 3 ਸਾਲ ਹੋ ਗਏ, 4 ਸਾਲ ਹੋ ਗਏ, ਮੇਰੇ ਤੱਕ ਕੁਛ ਨੀ, ਮੇਰੇ ਘਰਦਿਆਂ ਤੱਕ ਗੱਲ ਆਉਂਦੀ ਆ ਨਾ, ਫਿਰ ਬੰਦੇ ਤੋਂ ਸਹਿ ਨੀ ਹੁੰਦੀ। ਵਿਦਿਨ 10 ਦਿਨ ਦੇ ਵਿੱਚ 2 ਵਾਰ ਸਾਡੇ ਤੇ ਗਲਤ ਪਰਚੇ ਹੋਏ ਨੇ, ਠੀਕ ਆ। ਇੱਕ ਪਹਿਲਾਂ ਮੈਂ ਪੁਆਇੰਟ ਲਿਖ ਕੇ ਰੱਖੇ ਨੇ, ਅੱਜ ਵੀ ਮੈਂ ਲਾਸਟ ਹੀ ਵੀਡੀਓ ਪਾਉਣੀ ਆ ਸੌਂਗ ਕਰਕੇ, ਅੱਗੇ ਮੈਂ ਆਪਣੇ ਦਿਲ ਚ ਜੋ ਆਉਂਦਾ ਬੋਲਦਾ, ਮੈਂ ਪੁਆਇੰਟ ਹੀ ਲਿਖ ਕੇ ਰੱਖੇ ਵੀ ਆਹ ਵਾਲੇ ਕਲੀਅਰ ਕਰੂੰਗਾ, ਉਸ ਤੋਂ ਬਾਅਦ ਬਸ ਸਤਿ ਸ੍ਰੀ ਅਕਾਲ। ਮੂਸੇਵਾਲ ਵਾਲੀ ਗੱਲ ਹੋ ਗਈ, ਆਰਾਮ ਬਰਾਬਰ ਹੈ, ਜਿਹੜਾ ਵੀ ਮੂਸੇ ਵਾਲੇ ਦੇ ਬਰਾਬਰ ਕਦੇ ਬੋਲੇ ਕਿ ਸਾਨੂੰ ਇਹ ਗੱਲ ਕਹਿੰਦੇ ਹੋਏ ਸ਼ਰਮ ਆਉਂਦੀ ਹੈ ਵੀ ਅਸੀਂ ਉਹਦੇ, ਸਾਡਾ ਫੋਨ ਸਾਰਾ ਉਹਦੇ ਗਾਣੇ ਨਾਲ ਭਰਿਆ ਪਿਆ, ਫੋਟੋਆਂ ਲੱਗੀਆਂ ਦੁਕਾਨ ਤੇ, ਉਹਨੂੰ ਅਸੀਂ ਇੰਨਾ ਫੋਲੋ ਕਰਦੇ ਹਾਂ, ਜੁਰਤ ਵਾਲਾ ਬੰਦਾ। ਪਰ ਉਹ ਆਹ ਗੱਲ ਤੇ ਮੈਂ ਕਲੀਅਰ ਕਰਨਾ ਚਾਹੁੰਦਾ, ਨਾ ਬਾਈ ਮੂਸੇ ਵਾਲੇ ਬਾਰੇ, ਨਾ ਮੂਸੇ ਵਾਲੇ ਦੇ ਡੈਡੀ ਬਾਰੇ ਕਦੀ ਵੀ ਨੀ ਮੈਂ ਬੋਲ ਸਕਦਾ, ਨਾ ਮੈਂ ਬੋਲਿਆ। ਜੇ ਤੁਹਾਨੂੰ ਲੱਗਿਆ ਤਾਂ ਉਹਦੇ ਲਈ ਮੈਨੂੰ ਚਾਹੇ ਤੁਸੀਂ ਥੁੱਕੇ ਚੱਟਣਾ ਕਹਿ ਦਿਓ, ਪਰ ਅਸੀਂ ਥੁੱਕੇ ਨੀ ਉਹ ਚੀਜ਼ ਪਿੱਛੇ, ਤਾਂ ਵੀ ਮੈਂ ਮਾਫ਼ੀ ਮੰਗਦਾ ਜੇ ਮੈਂ ਕੁਛ ਕਿਹਾ ਹੋਵੇ, ਤਾਂ ਵੀ ਜਿਸ ਦੀ ਵੀ ਸ਼ਾਨ ਦੇ ਖਿਲਾਫ਼ ਅੱਜ ਤੋਂ ਪਹਿਲਾਂ। ਤੇ ਇਹ ਵੀਡੀਓ ਸੋਚ ਦੇਖ ਕੇ ਜੇ ਕਿਸੇ ਨੇ ਮੇਰੇ ਨਾਲ ਰਿਸ਼ਤਾ ਰੱਖਣਾ ਹੋਇਆ, ਨਹੀਂ ਰੱਖਣਾ, ਇਹ ਉਹਦੀ ਚੋਇਸ ਹੈ, ਕਿਉਂ ਵੀ ਉਹ ਸਾਨੂੰ, ਜੇ ਉਹਨੂੰ ਲੱਗੇ ਵੀ ਇਹ ਵੀਡੀਓ ਗਲਤ ਹੈ, ਇੱਦਾਂ ਨੀ ਕਹਿਣਾ ਚਾਹੀਦਾ ਸੀ, ਉਹ ਸਾਨੂੰ ਫੋਨ ਕਰੇ ਨਾ ਕਰੇ ਉਹਦੀ ਚੋਇਸ ਹੈ। ਅਸੀਂ ਕੱਲ ਅਸੀਂ ਚੀਜ਼ ਦੱਸ ਨੀ ਸਕਦੇ, ਅਸੀਂ ਪਰਸੋਂ 7 ਵਜੇ ਦੇ ਸੜਕਾਂ ਦੇ ਰੋਲਦੇ ਪਏ ਹਾਂ, ਪਰਸੋਂ ਰਾਤ 7 ਵਜੇ ਦੀ ਕੋਈ ਗੱਲਬਾਤ ਹੋ ਗਈ, ਆਈ ਜਾਣਾ ਮੀਡੀਆ 'ਚ, ਬਾਈ ਤੇ ਪਰਚਾ ਕਰਤਾ ਇਹਨਾਂ ਨੇ,